यूबीडीसी नहर सुजानपुर के पौना नंबर एक से अज्ञात शव मिलने से सनसनी फैल गई। सुजानपुर पुलिस ने मौके पर पहुंच शव कब्जे में लिया व आगामी कार्रवाई शुरू कर दी है। थाना प्रभारी सुजानपुर अश्विनी कुमार ने कहा कि शव को सिविल अस्पताल की मोर्चरी में रखवा दिया गया है। ਮਿਤੀ 29/19 ਨੂੰ ਵਕਤ ਕਰੀਬ 2:30 ਵਜੇ ਯੂਬੀਡੀਸੀ ਨਹਿਰ ਦੇ ਕਰਮਚਾਰੀ ਸਤਨਾਮ ਸਿੰਘ ਦਾ ਇੱਕ ਟੈਲੀਫੋਨ ਮਸੂਲ ਹੋਇਆ ਕਿ ਯੂਬੀਡੀਸੀ ਨਹਿਰ ਦੇ ਪੌਣਾ ਨੰਬਰ 1 ਦੀ ਸਫਾਈ ਕਰਦੇ ਹੋਇਆਂ ਇੱਕ ਸਿੱਖ ਨੌਜਵਾਨ ਵਿਅਕਤੀ ਦੀ ਡੈੱਡ ਬੋਡੀ ਮਿਲੀ ਹੈ ਔਰ ਉਸ ਡੈੱਡ ਬੋਡੀ ਦੀ ਮਿਲਣ ਦੇ ਉੱਪਰ ਤੁਸੀਂ ਕੋਈ ਆਈਓ ਭੇਜੋ ਜਿਸ 'ਤੇ ਥਾਣਾ ਸੁਜਾਨਪੁਰ ਦੀ ਪੁਲਿਸ ਦੇ ਕਰਮਚਾਰੀ ਪਲੱਸ ਆਈਓ ਨਹਿਰ ਦੇ ਵਿੱਚੋਂ ਲਾਸ਼ ਕਢਾਉਣ ਲਈ ਭੇਜਿਆ ਗਿਆ। ਉਹ ਲਾਸ਼ ਕਿਸੇ ਸਰਦਾਰ ਨੌਜਵਾਨ ਦੀ ਸੀ ਜਿਸ ਦੀ ਅੱਜ ਤੱਕ ਕੋਈ ਵੀ ਸ਼ਨਾਖਤ ਨਹੀਂ ਹੋਈ। ਸਤਨਾਮ ਸਿੰਘ ਯੂਬੀਡੀਸੀ ਨਹਿਰ ਦੇ ਕਰਮਚਾਰੀ ਦੇ ਬਿਆਨ ਦੇ ਆਧਾਰ 'ਤੇ 174 CRPC ਕਾਰਵਾਈ ਅਮਲ 'ਚ ਲਿਆਂਦੀ ਗਈ ਹੈ ਅਤੇ ਡੈੱਡ ਬੋਡੀ 72 ਘੰਟਿਆਂ ਲਈ ਸ਼ਨਾਖਤ ਵਾਸਤੇ ਸਿਵਲ ਹੌਸਪਿਟਲ ਪਠਾਨਕੋਟ ਰੱਖੀ ਗਈ ਹੈ। ਲੋਕਲ ਪੱਤਰਕਾਰ ਅਖਬਾਰਾਂ ਵਿੱਚ ਔਰ ਟੀ ਵੀ ਚੈਨਲਾਂ ਦੇ ਵਿੱਚ ਵੀ ਇਸ ਬਾਰੇ ਸੂਚਨਾ ਦਿੱਤੀ ਗਈ ਹੈ। G&K ਪੁਲਿਸ ਨੂੰ ਵੀ ਇਤਲਾਹ ਦਿੱਤੀ ਗਈ ਹੈ ਔਰ ਆਲ ਪੰਜਾਬ ਦੇ ਪੁਲਿਸ ਸਟੇਸ਼ਨ ਕੰਟਰੋਲ ਨੂੰ ਵੀ ਇਤਲਾਹ ਦਿੱਤੀ ਗਈ ਹੈ ਕਿ ਜੇਕਰ ਇਸ ਪ੍ਰਕਾਰ ਦਾ ਵਿਅਕਤੀ ਮਿਸ ਹੈ ਤਾਂ 88 720 33 317 ਅਤੇ ਥਾਣਾ ਸੁਜਾਨਪੁਰ ਇਤਲਾਹ ਦਿੱਤੀ ਜਾਵੇ।